ਸਰਕਾਰ ਨਿਊਜ਼ ਟੀਵੀ ਤੋਂ ਰਿਪੋਰਟਰ ਗੋਬਿੰਦ ਕੁਮਾਰ ਅੱਜ ਅਸੀਂ ਖੜੇ ਹਾਂ ਲੁਧਿਆਣਾ ਦੇ ਜੋਧੇਵਾਲ ਬਸਤੀ ਚੌਂਕ 'ਚ ਇੱਥੇ ਆਮ ਆਦਮੀ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਆਓ ਅਸੀਂ ਅੱਜ ਗੱਲਬਾਤ ਕਰਦੇ ਹਾਂ ਇੱਥੇ ਦੇ ਨੁਮਾਇੰਦਿਆਂ ਨਾਲ ਅਤੇ ਪੁੱਛਦੇ ਹਾਂ ਇਹਨਾਂ ਦਾ ਕੀ ਮਕਸਦ ਆ ਅਤੇ ਆਓ ਅਸੀਂ ਮਿਲਦੇ ਹਾਂ ਅਤੇ ਗੱਲਬਾਤ ਕਰਦੇ ਹਾਂ ਹਾਂਜੀ ਸਰ ਤੁਸੀਂ ਅੱਜ ਜਿਹੜਾ ਪ੍ਰੋਟੈਸਟ ਕਰ ਰਹੇ ਹੋ ਇਹਦਾ ਕੀ ਮਕਸਦ ਆ ਇਹ ਜੋ ਸਰਕਾਰ ਨੇ ਤਾਂ ਨਾੜੀ ਨਾਲ ਬਾਤ ਕੀਤੀ ਹੈ ਕਿਸਾਨਾਂ ਦੇ ਆੜ੍ਹਤੀਆਂ ਦੇ ਅਤੇ ਛੋਟੇ ਦੁਕਾਨਦਾਰਾਂ ਦੇ ਖਿਲਾਫ ਅਸੀਂ ਉਹਦਾ ਵਿਰੋਧ ਕਰਦੇ ਹਾਂ ਜੀ ਅਤੇ ਆਮ ਆਦਮੀ ਪਾਰਟੀ ਵੱਲੋਂ ਅੱਗੇ ਜਿਹੜੇ ਕੱਲ੍ਹ ਪੰਜਾਬ ਬੰਦ ਦਾ ਬੰਦ ਬੁਲਾਇਆ ਗਿਆ ਕਿਸਾਨ ਜਥੇਬੰਦੀਆਂ ਵੱਲੋਂ ਕੀ ਤੁਸੀਂ ਉਹਦਾ ਸਮਰਥਨ ਕਰਦੇ ਹੋ ਆਮ ਆਦਮੀ ਪਾਰਟੀ ਵੱਲੋਂ ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ ਦਾ ਪੂਰਾ ਸਮਰਥਨ ਹੈ ਜੀ ਅਸੀਂ ਇਹੀ ਕਰਕੇ ਅੱਜ ਪ੍ਰੋਟੈਸਟ ਕੀਤਾ ਤਾਂ ਜੋ ਲੋਕਾਂ ਨੂੰ ਪਤਾ ਲੱਗ ਜਾਵੇ ਕੱਲ੍ਹ ਦਾ ਪੰਜਾਬ ਬੰਦ ਦਾ ਕਿਸਾਨ ਜਥੇਬੰਦੀਆਂ ਸਾਥ ਦਿਓ ਅਸੀਂ ਕੁਝ ਹੋਰ ਬੰਦਿਆਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਚੰਦਰਪਾਲ ਜੀ ਕੀ ਕਹਿਣਾ ਚਾਹੁੰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜਾ ਅਸੀਂ ਅੱਜ ਪ੍ਰੋਟੈਸਟ ਕਰ ਰਹੇ ਹੈਗੇ ਹਾਂ ਇਹ ਜਿਹੜੇ ਸਾਡੇ ਕਿਸਾਨ ਵੀਰ ਹੈ ਉਹਨਾਂ ਦੇ ਹੱਕ ਦੇ ਵਿੱਚ ਮੈਂ ਸਪੋਰਟ ਦੇ ਵਿੱਚ ਕਰ ਰਹੇ ਹਾਂ ਜਿਹੜੇ ਉਹਨਾਂ ਦੇ ਹੱਕ ਸੈਂਟਰ ਗੌਰਮੈਂਟ ਹੋ ਰਹੀ ਹੈ ਉਹ ਵੀ ਧੱਕੇ ਨਾਲ ਠੀਕ ਹੈ ਇਲੀਗਲ ਤਰੀਕੇ ਨਾਲ ਆਰਡੀਨੈਂਸ ਪਾਸ ਕਰਾਏ ਗਏ ਹੈਗੇ ਰਾਜ ਸਭਾ ਦੇ ਵਿੱਚ ਇਹ ਸਾਰਿਆਂ ਨੇ ਦੇਖਿਆ ਅਤੇ ਸਾਡੇ ਜਿਹੜੇ ਰਾਜ ਸਭਾ ਦੇ ਐਮ ਪੀ ਹੈਗੇ ਸੰਜੇ ਆਜ਼ਾਦ ਸਿੰਘ ਉਹਨਾਂ ਨੇ ਸਾਰੇ ਅੱਗੇ ਐਕਸਪੋਜ਼ ਵੀ ਕਰ ਦਿੱਤਾ ਹੈਗਾ ਅਤੇ ਇਸ ਵੇਲੇ ਵੀ ਉਹ ਸੰਸਦ ਦੇ ਵਿੱਚ ਬੈਠੇ ਹੈਗੇ ਹੈ ਰਾਜ ਸਭਾ 'ਚ ਬੈਠੇ ਧਰਨੇ ਦੇ ਬੈਠੇ ਹੈਗੇ ਹੈ ਕਿਸਾਨਾਂ ਦੇ ਹੱਕ ਵਾਸਤੇ ਦੇਖੋ ਸਭ ਤੋਂ ਵੱਡਾ ਜਿਹੜਾ ਮੁੱਦਾ ਹੈਗਾ ਜਿਹਦੇ ਕਰਕੇ ਸਾਰੇ ਕਿਸਾਨ ਵੀਰ ਅੱਜ ਸੜਕਾਂ ਦੇ ਉੱਪਰ ਹੈਗੇ ਪੂਰੇ ਭਾਰਤ ਦੇ ਵਿੱਚ ਉਹ ਇਹ ਹੈਗਾ ਕਿ ਐੱਮ ਐੱਸ ਪੀ ਨੂੰ ਹਟਾਇਆ ਜਾ ਰਿਹਾ ਐੱਮ ਐੱਸ ਪੀ ਨੂੰ ਹਟਾਉਣ ਦਾ ਨੁਕਸਾਨ ਕੀ ਹੋਏਗਾ ਕਿ ਕੱਲ੍ਹ ਨੂੰ ਵੱਡੇ ਵੱਡੇ ਜਿਹੜੇ ਸਰਮਾਏਦਾਰ ਹੈਗੇ ਆ ਬਿਜ਼ਨਸਮੈਨ ਹੈਗੇ ਆ ਉਹਨਾਂ ਨੇ ਕੀ ਕਰਨਾ ਹੈਗਾ ਕਿਸਾਨਾਂ ਦੀ ਫਸਲ ਨੂੰ ਆਪਣੇ ਮਰਜ਼ੀ ਰੇਟ ਦੇ ਹਿਸਾਬ ਨਾਲ ਚੱਕਣ ਦੀ ਕੋਸ਼ਿਸ਼ ਕਰਨੀ ਹੈਗੀ ਜਿਹਦੇ ਨਾਲ ਕਿਸਾਨ ਵਿਚਾਰਾ ਮਾਰਿਆ ਜਾਏਗਾ ਠੀਕ ਹੈ ਉਹਨੂੰ ਆਪਣੀ ਲਾਗਤ ਵੀ ਕੱਢਣੀ ਔਖੀ ਹੋ ਜਾਏਗੀ ਅਤੇ ਐਂਡ ਦੇ ਉੱਪਰ ਆ ਕੇ ਕੀ ਹੋਏਗਾ ਕਿਸਾਨ ਖਤਮ ਹੋ ਜਾਏਗਾ ਕਿਸਾਨ ਰੁੱਲ ਜਾਏਗਾ ਉਹਦੀ ਫੈਮਿਲੀ ਰੁੱਲ ਜਾਏਗੀ ਐਂਡ ਤੱਕ ਇਹਨੂੰ ਆਤਮਹੱਤਿਆ ਕਰਨੀ ਪਏਗੀ ਸੋ ਇਹ ਕਿਸਾਨ ਮਾਰੂ ਆਰਡੀਨੈਂਸ ਜਿਹੜੇ ਹੈਗੇ ਹੈ ਇਹ ਬਿਲਕੁਲ ਵੀ ਪਾਸ ਨਹੀਂ ਹੋਣੇ ਚਾਹੀਦੇ ਸੀਗੇ ਜਿਹੜੇ ਸੈਂਟਰ ਗੌਰਮੈਂਟ ਨੇ ਪਾਸ ਕੀਤੇ ਹੈਗੇ ਆ ਇਹਨਾਂ ਨੂੰ ਹੁਣ ਵਾਪਸ ਲੈਣਾ ਚਾਹੀਦਾ ਰਾਸ਼ਟਰਪਤੀ ਜੀ ਨੂੰ ਸਾਡੀ ਅਪੀਲ ਹੈਗੀ ਹੈ ਕਿ ਇਹਨਾਂ ਉੱਪਰ ਸਾਈਨ ਨਾ ਕਰਨ ਇਹਨਾਂ ਨੂੰ ਵਾਪਸ ਕਰਨ ਕਿਉਂਕਿ ਇਹਦੇ ਨਾਲ ਸਾਰਾ ਕਿਸਾਨ ਖਤਮ ਹੋ ਜਾਏਗਾ ਸਾਡੇ ਇੰਡੀਆ ਦਾ 70% ਜਿਹੜੀ ਆਬਾਦੀ ਹੈ ਉਹ ਕਿਸਾਨੀ 'ਤੇ ਨਿਰਭਰ ਕਰਦੀ ਹੈਗੀ ਹੈ ਸੋ ਇਹਦਾ ਮਤਲਬ ਇਹ ਹੈ ਕਿ ਸਾਡੇ ਦੇਸ਼ ਦੇ 70% ਆਬਾਦੀ ਨੂੰ ਨੁਕਸਾਨ ਪਹੁੰਚਾਉਣ ਵਾਲਾ ਇਹ ਆਰਡੀਨੈਂਸ ਹੈਗੇ ਹੈ ਸੋ ਇਹ ਆਰਡੀਨੈਂਸ ਵਾਪਸ ਹੋਣੇ ਚਾਹੀਦੇ ਹੈਗੇ ਹੈ ਅਤੇ ਇਹਦੇ ਉੱਪਰ ਅੱਗੇ ਤੋਂ ਜਦੋਂ ਵੀ ਕੋਈ ਇੱਦਾਂ ਦਾ ਆਰਡੀਨੈਂਸ ਆਉਂਦਾ ਹੈਗਾ ਅਤੇ ਸਾਰੀ ਪਾਰਟੀ ਨੂੰ ਨਾਲ ਲੈ ਕੇ ਉਸ ਤੋਂ ਬਿਨਾਂ ਕੋਈ ਗੱਲਬਾਤ ਨਹੀਂ ਹੋਣੀ ਚਾਹੀਦੀ ਹੈਗੀ ਸੋ ਅਸੀਂ ਹੁਣ ਕਿਸਾਨਾਂ ਦੇ ਹੱਕ 'ਚ ਖੜੇ ਹਾਂ ਕੱਲ੍ਹ 25 ਤਰੀਕ ਨੂੰ ਕਿਸਾਨ ਵੀ ਪੂਰਾ ਇੰਡੀਆ ਬੰਦ ਕਰ ਰਹੇ ਆ ਪੰਜਾਬ ਹਰਿਆਣਾ ਸਾਰਾ ਬੰਦ ਹੋ ਰਿਹਾ ਹੈਗਾ ਸੋ ਅਸੀਂ ਉਹਨਾਂ ਦੀ ਸਪੋਰਟ 'ਚ ਖੜੇ ਹੈਗੇ ਹਾਂ ਅਸੀਂ ਇਸ ਬੰਦ ਦੀ ਸਪੋਰਟ ਦੇ ਵਿੱਚ ਹੈਗੇ ਹਾਂ ਇਸ ਕਰਕੇ ਅੱਜ ਅਸੀਂ 24 ਤਰੀਕ ਨੂੰ ਇੱਥੇ ਖੜੇ ਹੈਗੇ ਹਾਂ ਤਾਂ ਕਿ ਅਸੀਂ ਕੱਲ੍ਹ ਦੇ ਉਸ ਬੰਦ ਦੀ ਸਪੋਰਟ ਕਰ ਸਕੀਏ ਬਹੁਤ ਬਹੁਤ ਧੰਨਵਾਦ ਮੈਂ ਆਪਣੇ ਦਰਸ਼ਕਾਂ ਨੂੰ ਦਿਖਾਉਣਾ ਚਾਹੂੰਗਾ ਕਿ ਇਹ ਕਿਸ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਵੀਡੀਓ ਥੋੜ੍ਹੀ ਜਿਹੀ ਇੱਧਰ ਨੂੰ ਦਿਖਾਇਆ ਜਾ ਕਿ ਸਾਰੇ ਪਾਸੇ ਇਹ ਚੌਂਕ ਦੇ ਵਿੱਚ ਚਾਰੇ ਪਾਸੇ ਇਹਨਾਂ ਦੇ ਸਾਰੇ ਬੰਦੇ ਆਮ ਆਦਮੀ ਪਾਰਟੀ ਦੇ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋ ਰਹੇ ਆ ਆਜ਼ਾਦ ਨਿਊਜ਼ ਟੀਵੀ ਤੋਂ ਰਿਪੋਰਟਰ ਗੋਬਿੰਦ ਕੁਮਾਰ